ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਮੈਂ ਰਾਜੀਵ ਕੁਮਾਰ, ਤੁਸੀਂ ਦੇਖ ਰਹੇ ਹਾਂ ਗਲੋਬਲ ਮਟੀਰੀਅਲ ਯੂਟਿਊਬ ਚੈਨਲ। ਅਸੀਂ ਕਰ ਰਹੇ ਹਾਂ ਪਤੈਂਤੇ 20। ਜਿੱਦਾਂ ਕਿ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਅਸੀਂ ਪਤੈਂਤੇ 20 ਕਰਨਾ ਆ ਗੂਗਲ ਦੇ ਉੱਪਰ ਜਾ ਕੇ। ਤੁਹਾਡੀ ਸਕਰੀਨ 'ਤੇ ਆ ਰਿਹਾ ਆ ਪਤੈਂਤਾ ਦੀ ਪੁੰਤੋ ਇਤ, ਇਹਦੇ ਉੱਪਰ ਤੁਸੀਂ ਆਪਣੇ ਥਿਊਰੀ ਚੱਲ ਰਹੀ ਹੈ ਸਾਡੀ ਥਿਊਰੀ ਲੇਟ ਚੱਲ ਰਹੀ ਹੈ, ਪਰ ਚਲੋ ਜਿਨ੍ਹਾਂ ਨੇ ਦੁਬਾਰਾ ਹੁਣ ਤੋਂ ਅੱਜ ਤੋਂ ਸਟਾਰਟ ਕਰਨਾ ਉਹਨਾਂ ਲਈ ਬਹੁਤ ਵਧੀਆ ਮੌਕਾ ਆ। ਅਤੇ ਜਿਹੜੇ ਪਹਿਲਾਂ ਕਰ ਰਹੇ ਸੀਗੇ ਉਹਨਾਂ ਨੂੰ ਤਾਂ ਲੇਟ ਹੋ ਗਿਆ ਬਹੁਤ ਜ਼ਿਆਦਾ, ਕਿਉਂਕਿ ਕੁਛ ਨਿੱਜੀ ਕਾਰਨਾਂ ਕਰਕੇ ਮੈਂ ਵੀਡੀਓਜ਼ ਨਹੀਂ ਪਾ ਸਕਿਆ, ਪਰ ਆਸ ਕਰਦਾ ਹਾਂ ਸ਼ਾਇਦ ਹੁਣ ਵੀਡੀਓਜ਼ ਲਗਾਤਾਰ ਆਉਣਗੀਆਂ। ਪਤੈਂਤਾ 30 ਪੁੰਤੋ 1, PENTENTATI.IT, ਗੂਗਲ 'ਤੇ ਜਾ ਕੇ ਇਹਨੂੰ ਸਰਚ ਕਰ ਲੈਣਾ, ਠੀਕ ਹੈ ਜੀ। ਆਹ ਸਾਡਾ ਵੈਬਸਾਈਟ ਸਾਡੀ ਖੁੱਲ੍ਹ ਜਾਣੀ ਹੈ। ਇਸ ਤੋਂ ਬਾਅਦ ਵੈਬਸਾਈਟ ਦੇ ਉੱਪਰ ਆ 3 ਲਾਈਨਸ ਜਿਹੜੀਆਂ ਹੁੰਦੀਆਂ ਖੱਬੇ ਹੱਥ ਨੂੰ, ਇਹਨੂੰ ਅਸੀਂ ਕਲਿੱਕ ਕਰ ਲੈਣਾ। ਅਤੇ ਕੁਇਜ਼ ਪਤੈਂਤੇ 20, ਠੀਕ ਹੈ ਜੀ, ਲਾਈਸੈਂਸ 20 ਅਸੀਂ ਕਰ ਰਹੇ ਹਾਂ। ਕੁਇਜ਼ ਪਤੈਂਤੇ 20 ਕੁਇਜ਼ ਕੱਢਣੇ ਆ, ਕੁਇਜ਼ ਆਉਣੇ ਆ, ਇਹਦੇ ਵਿੱਚ ਥੋੜ੍ਹੀ ਜਿਹੀ ਹੁਣ ਐਡਸ ਦੇਣ ਲੱਗ ਪਏ ਆ ਵੈਬਸਾਈਟ ਵਾਲੇ, ਦੁਬਾਰਾ ਫਿਰ ਅਸੀਂ ਕਰ ਲੈਣਾ। ਅਤੇ ਆਹ ਖੁੱਲ੍ਹ ਗਿਆ ਸਾਡਾ ਸਕਿਰਮਾ ਦਾ, ਉਹਦੇ ਵਿੱਚ ਪਹਿਲਾ ਛੱਡ ਕੇ ਦੂਜਾ ਛੱਡ ਕੇ ਤੀਜਾ ਥਿਊਰੀ ਨੂੰ ਕਹਿੰਦੇ ਆ, ਥਿਊਰੀ ਚੱਲ ਰਹੀ ਹੈ ਸਾਡੀ, 23ਵਾਂ ਲੈਸਨ ਆ ਅਸੀਂ ਅੱਜ ਕਰਨਾ। ਅਤੇ ਇਹਨੂੰ ਡਬਲ ਕਲਿੱਕ ਕਰ ਲੈਣਾ, ਇਹ ਖੁੱਲ੍ਹ ਜਾਣਾ। ਅਤੇ ਮੈਂ ਪਹਿਲਾਂ ਹੀ ਇਹ ਖੋਲ੍ਹ ਕੇ ਰੱਖਿਆ ਆ। ਅਤੇ ਇਹਦੇ ਵਿੱਚ ਅਸੀਂ ਸਿਗਨਾਲੇ ਦੀ ਪੈਰੀਕੋਲੋ ਆ ਡੈਫੀਨੇਸ਼ਨ ਜਨਰਲੀ ਦੁਵੇਰੀ ਨਾਲ ਲੂਸ ਉਹਦੇ ਰਸਤਰਾ ਦਾ, ਇਹ ਅਸੀਂ ਕਰ ਲਿਆ ਸਿਗਨਾਲੀ ਦੀ ਪੈਰੀਕੋਲੋ ਅਸੀਂ ਕਰ ਰਹੇ ਹਾਂ, ਠੀਕ ਹੈ ਜੀ। ਇਹਦੇ ਵਿੱਚ ਅਸੀਂ ਆਹ ਸਾਰੇ ਉੱਪਰ ਵਾਲੇ ਕਰ ਲਏ ਆ। ਅਤੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਤ੍ਰੈਵਰਸਾਵੇਂ ਤੋਂ ਸ਼ਿਗਲਾਬੀਲੇ, ਜਿਹੜਾ ਸਾਈਕਲ ਵਾਲਿਆਂ ਦੇ ਲਈ ਰੋਡ ਕਰੋਸ ਕਰਨਾ ਆ, ਉਹ ਅਸੀਂ ਕਰ ਲਿਆ ਸੀਗਾ। ਹੁਣ ਅਸੀਂ ਇਸ ਵੀਡੀਓ ਦੇ ਵਿੱਚ ਦਿਸ਼ੇਸਾ, ਪੈਰੀਕੋਲੋਸਾ, ਥਿਊਰੀਆ, ਪਤੈਂਤੇ, ਠੀਕ ਹੈ ਜੀ, ਇਹ ਕਰਨਾ ਆ। ਅਤੇ ਹੁਣ ਇਹਦੇ ਵਿੱਚ ਦਿਸ਼ੇਸਾ, ਪੈਰੀਕੋਲੋਸਾ, ਇਹਦਾ ਮਤਲਬ ਕੀ ਹੁੰਦਾ ਆ, ਇਸ ਨਿਸ਼ਾਨ ਦਾ ਮਤਲਬ ਕੀ ਹੁੰਦਾ? ਪਹਿਲਾਂ ਤਾਂ ਇਹਨੂੰ ਤੁਹਾਨੂੰ ਦਿਸ਼ੇਸਾ ਪੈਰੀਕੋਲੋਸਾ ਦਾ ਮਤਲਬ ਪਤਾ ਹੋਣਾ ਚਾਹੀਦਾ। ਦਿਸ਼ੇਸਾ ਹੁੰਦਾ ਆ ਤਰਾਈ, ਪੈਰੀਕੋਲੋਸਾ ਹੁੰਦਾ ਡੇਂਜਰਸ, ਠੀਕ ਹੈ ਜੀ। ਥਿਊਰੀਆ ਪਤੈਂਤੇ ਹੁੰਦਾ ਥਿਊਰੀ, ਪਤੈਂਤੇ ਲਾਈਸੈਂਸ ਦੀ ਥਿਊਰੀ। ਥੋੜ੍ਹਾ ਜਿਹਾ ਸਕਰੀਨ ਨੂੰ ਵੱਡਾ ਕਰ ਲੈਂਦੇ ਹਾਂ। ਉਸ ਤੋਂ ਬਾਅਦ ਇਹ ਸ਼ੁਰੂ ਕਰਦੇ ਹਾਂ ਇਲ ਸਿਗਨਾਲੇ, ਇਹ ਜਿਹੜਾ ਸਾਈਨ ਆ, ਇਹ ਆਹ ਸਾਈਨ ਹੁੰਦਾ ਆ, ਇਹ ਆਪਣੇ ਦਿਸ਼ੇਸਾ ਪੈਰੀਕੋਲੋਸਾ ਦਾ ਸਾਈਨ ਆ, ਇਹ ਸਿਗਨਾਲੇ ਦੀ ਪੈਰੀਕੋਲੋਸ ਦੇ ਵਿੱਚ ਆਉਂਦਾ ਆ, ਠੀਕ ਹੈ ਜੀ। ਇਹ ਵਾਲਾ ਜਿਹੜਾ ਸਿਗਨਾਲੇ ਦੀ ਪੈਰੀਕੋਲੋਸੋ ਆ, ਇਹ ਵਾਲਾ ਚੈਪਟਰ ਆ, ਇਹਦੇ ਵਿੱਚੋਂ ਜ਼ਿਆਦਾਤਰ ਇਹਦੇ ਵਿੱਚੋਂ ਹੀ ਕੁਸ਼ਚਨ ਆਉਂਦੇ ਹੁੰਦੇ ਆ, ਕੁਇਜ਼ ਆਉਂਦੇ ਹੁੰਦੇ, ਠੀਕ ਹੈ ਜੀ। ਇਹ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਸੁਣਨਾ ਆ ਮੈਂ ਕੀ ਕਹਿ ਰਿਹਾ। ਇਲ ਸਿਗਨਾਲੇ ਜਿਹੜਾ ਸਾਈਨ ਆ, ਉਹ ਕਹਿੰਦੇ ਆ ਦੀ ਦਿਸ਼ੇਸਾ ਪੈਰੀਕੋਲੋਸਾ, ਇਹ ਅਤਰਾਈ ਵਾਲਾ ਸਾਈਨ ਆ, ਡੇਂਜਰਸ ਸਾਈਨ ਆ। ਪ੍ਰਿਅਨੂੰਚਾ ਹੁੰਦਾ ਦਰਸਾਉਂਦਾ ਉਨ ਤਰਾਤੋ ਦੀ ਸਤਰਾ ਦਾ ਇੱਕ ਤਰ੍ਹਾਂ ਦਾ ਜਿਹੜਾ ਰੋਡ ਬਣਿਆ ਆ। ਇਨ ਕੋਈ ਜਿਹਦੇ ਵਿੱਚ ਓਮੇਨਤਾ ਹੁੰਦਾ ਆ ਵਧਾਉਣਾ, ਲੋਸ ਪਾਸੀਓ ਹੁੰਦਾ ਆ ਜਗ੍ਹਾ, ਠੀਕ ਹੈ ਜੀ, ਸਪਾਸੀਓ ਹੁੰਦਾ ਜਗ੍ਹਾ। ਦੀ ਫਰੇਨਾਦੂਰਾ ਹੁੰਦਾ ਆ ਬ੍ਰੇਕ ਲਾਉਣਾ, ਠੀਕ ਹੈ ਜੀ। ਦਿਲ ਵਹੀਕਲੋ ਹੁੰਦਾ ਆ ਗੱਡੀ ਦਾ। ਇੰਦੀਕਾਂਦੋ ਨੇ ਦੱਸ ਰਹੇ ਦੇ ਨਾਲ ਲਾ ਪੈਂਦੈਂਸਾ, ਵੀ ਇਹ ਦੱਸ ਰਿਹਾ ਕਿ ਪੈਂਦੈਂਸਾ ਵੀ ਹੈਗਾ, ਪੈਂਦੈਂਸਾ ਮਤਲਬ ਉਤਰਾਈ ਵੀ ਹੈਗੀ ਆ, ਉਤਰਾਈ ਆਉਂਦੀ ਹੈ ਨੀਵੀਂ ਜਗ੍ਹਾ, ਜਿੱਦਾਂ ਅਸੀਂ ਰੋਡ ਨੀਵਾਂ ਹੁੰਦਾ ਆ। ਦਿਸ਼ੇਸਾ ਜਾਂ ਪੈਂਦੈਂਸਾ ਇਹ ਇੱਕੋ ਹੀ ਵਰਡ ਆ, ਠੀਕ ਹੈ ਜੀ, ਇਹਨਾਂ ਦੋਨਾਂ ਦਾ ਇੱਕੋ ਹੀ ਮਤਲਬ ਨਿਕਲਦਾ ਆ। ਅਤੇ ਪੂਰੇ ਇਹ ਲਾਈਨ ਦਾ ਮਤਲਬ ਹੋ ਗਿਆ ਕਿ ਉਹ ਕਹਿੰਦੇ ਆ ਸਿਗਨਾਲ ਦਿਸ਼ੇਸਾ ਪੈਰੀਕੋਲੋਸਾ ਪ੍ਰਿਅਨੂੰਚਾ, ਇਹ ਜਿਹੜਾ ਸਿਗਨਾਲੇ ਆ ਇਹ ਦੀ ਦਿਸ਼ੇਸਾ ਆ, ਉਤਰਾਈ ਦਾ ਸਾਈਨ ਆ, ਇਹ ਦੱਸ ਰਿਹਾ ਉਨ ਤਰਾਤੋ ਦੀ ਸਰਾਹ ਦਾ, ਇੱਕ ਤਰ੍ਹਾਂ ਦਾ ਰੋਡ ਆ। ਇਨ ਕੋਈ ਓਮੇਨਤਾ ਲਾ ਸਪਾਸੀਓ, ਜਿਹੜੀ ਜਗ੍ਹਾ ਆ ਬ੍ਰੇਕ ਲਾਉਣ ਦੀ ਜਗ੍ਹਾ ਆ। ਇਨ ਕੋਈ ਓਮੇਨਤਾ ਲਾ ਸਪਾਸੀਓ ਦੀ ਫਰੇਨਾਦੂਰਾ ਦਿਲ ਵਹੀਕਲੋ, ਜਿਹਦੇ ਵਿੱਚ ਬ੍ਰੇਕ ਲਾਉਣ ਦੀ ਜਗ੍ਹਾ ਜਿਹੜੀ ਆ ਵੱਧ ਜਾਂਦੀ, ਜਾਣੀ ਕਿ ਅਸੀਂ ਬ੍ਰੇਕ ਪਹਿਲਾਂ ਲਾਉਣੀ ਆ, ਠੀਕ ਹੈ ਜੀ। ਇੰਦੀ ਕਾਂਦਰਾ ਪੈਂਦਾ ਇਨਸਾ, ਵੀ ਜਿਹੜਾ ਇਹ
ਦੱਸ ਰਿਹਾ ਕਿ ਪੈਂਡੈਂਸਾ ਵੀ ਹੈਗਾ, ਤਰਾਈ ਵੀ ਹੈਗੀ ਹੈ, ਸੂ ਕੁਇਸਤੋ ਦੀ ਉਹਦੀ ਸਰਾਦਾ ਇਸ ਤਰ੍ਹਾਂ ਇਸ ਟਾਈਪ ਦੇ ਰੋਡ ਉੱਪਰ ਸੂ ਕੁਇਸਤੋ, ਸੂ ਕੁਇਸ ਹੁੰਦਾ ਇੱਦਾਂ ਦਾ ਟੀਪੋ ਹੁੰਦਾ ਟਾਈਪ ਦੀ ਸਰਾਦਾ, ਸਰਾਦਾ ਹੁੰਦਾ ਰੋਡ, ਇਹ ਨੈਸੈਸਾਰੀ ਨੈਸੈਸਾਰੀ ਹੁੰਦਾ ਨੈਸੈਸਰੀ ਜਿਹੜਾ ਇੰਗਲਿਸ਼ ਦੇ ਵਿੱਚ ਹੁੰਦਾ ਆ, ਨੈਸੈਸਰੀ ਲੋਡ ਹੈ, ਮੁਦਰਾਰੇ ਹੁੰਦਾ ਆ ਮੋਡੀਫਾਈ ਕਰਨਾ ਉਹਨੂੰ ਬਦਲਣਾ, ਲਾ ਵਿਲੋਚੀਦਾ, ਵਿਲੋਚੀਦਾ ਕੀ ਆਪਣੀ ਸਪੀਡ ਨੂੰ, ਇਸ ਟਾਈਪ ਦੇ ਰੋਡ ਦੇ ਉੱਪਰ ਮੋਦੇਰਾਰੇ ਨੈਸੈਸਰੀਓ ਨੈਸੈਸਾਰੀਓ ਮੋਦੇਰਾਰੇ ਲਾ ਵਿਲੋਚੀ ਦਾ, ਸਾਨੂੰ ਲੋੜ ਹੈ ਆਪਣੀ ਸਪੀਡ ਨੂੰ ਮੋਡੀਫਾਈ ਕਰਨ ਦੀ, ਕੀ ਕਰਨ ਦੀ, ਘਟਾਉਣ ਦੀ, ਠੀਕ ਹੈ ਜੀ, ਐਦ ਇਨ ਸਰੀਰੇ ਅਤੇ ਇਨਸਰਟ ਕਰਨ ਲਈ ਮਤਲਬ ਪਾਉਣ ਲਈ ਗੇਅਰ ਪਾਉਣ ਲਈ ਉਨਾ ਮਾਰਸ਼ਾਂ ਉਨਾ ਮਾਰਸ਼ਾਂ ਅਤੇ ਇੱਕ ਗੇਅਰ ਪਾਉਣ ਦੇ ਲਈ ਐਦੀ ਗੁਆਨਤਾ ਮਿਹਨਤੇ, ਠੀਕ ਹੈ ਜੀ, ਐਦੀ ਗੁਆਨਤਾ ਮਿਹਨਤੇ ਕੀ ਹੁੰਦਾ ਆ ਵੀ ਜਿਹੜਾ ਉਹ ਨੀਵੀਂ ਜਗ੍ਹਾ ਦੇ ਲਈ ਜਿਹੜਾ ਗੇਅਰ ਲੱਗਦਾ ਆ ਮਤਲਬ ਲੋ ਗੇਅਰ ਪਾਉਣਾ, ਠੀਕ ਹੈ ਜੀ, ਐਦੀ ਗੁਆਨਤਾ ਮਿਹਨਤੇ ਬਾਸਾ, ਬਾਸਾ ਹੁੰਦਾ ਲੋ, ਫਿਰ ਫਰੋਂਤਾਰੇ, ਫਿਰ ਫਰੋਂਤਾਰੇ ਪੈਰੀਗਲੋਸ, ਫਿਰ ਫਰੋਂਤਾਰੇ ਹੁੰਦਾ ਆ ਉਹਨੂੰ ਫਰੰਟ ਕਰਨਾ ਮਤਲਬ ਉਹਨੂੰ ਜਦੋਂ ਉਹ ਆ ਜਾਣਾ ਆ, ਇਲ ਪੈਰੀਕੋਰਸੋ, ਠੀਕ ਹੈ ਜੀ, ਪੈਰ ਕੋਰਸੋ ਹੁੰਦਾ ਆ ਜਿਹਦੇ ਉੱਪਰ ਚੱਲ ਰਹੇ ਹਾਂ ਅਸੀਂ, ਠੀਕ ਹੈ ਜੀ, ਇਸ ਪੂਰੀ ਲਾਈਨ ਦਾ ਮਤਲਬ ਹੋ ਗਿਆ ਸੋ ਕੁਛ, ਇਸ ਤਰ੍ਹਾਂ ਦੇ ਇਸ ਟਾਈਪ ਦੇ ਰੋਡ ਦੇ ਉੱਪਰ ਅਸੀਂ ਆਪਣੀ ਗੱਡੀ ਦੀ ਸਪੀਡ ਨੂੰ ਘੱਟ ਕਰਨਾ ਆ ਅਤੇ ਇੱਕ ਗੇਅਰ ਪਾਉਣਾ ਆ, ਇੱਦਾਂ ਹੀ ਸਰੀਰ ਉਹਨਾਂ ਮਾਰਸ਼ ਆ ਇਹਦੀ ਗੁਣਤਾ ਜਿਹੜਾ ਕਿ ਨੀਵਾਂ ਯਾਨੀ ਕਿ ਘੱਟ ਲੋ ਗੇਅਰ ਹੋਵੇ, ਪੈਰ ਫਰੋਂਤਾਰੇ ਇਲ ਪੈਰਕੋਰਸੋ, ਜਿਹੜਾ ਅਸੀਂ ਪੈਰਕੋਰਸੋ ਚੱਲ ਰਹੇ ਹਾਂ ਜਿਹਦੇ ਉੱਪਰ ਰੋਡ ਦੇ ਉੱਪਰ ਚੱਲ ਰਹੇ ਹਾਂ, ਉਸ ਰੋਡ ਦੇ ਉੱਪਰ ਚੱਲਣ ਦੇ ਲਈ ਜਿਹੜਾ ਨੀਵਾਂ ਗੇਅਰ ਪੈਣਾ ਆ ਉਹ ਪਾਉਣਾ, ਠੀਕ ਹੈ ਜੀ, ਬਿਜ਼ੋਈਆਂ ਵਿਦਾਰੇ ਸਾਨੂੰ ਲੋੜ ਆ, ਇਹ ਵੀ ਤਾਰੇ ਹੁੰਦਾ ਆ ਅਵੋਇਡ ਕਰਨ ਦੀ, ਠੀਕ ਹੈ ਜੀ, ਬਿਜ਼ੋਈਆਂ ਹੁੰਦਾ ਲੋੜ, ਇਹ ਵੀ ਤਾਰੇ ਹੁੰਦਾ ਆ ਉਹ ਤੋਂ ਬਚਣ ਦੇ ਲਈ, ਇਨ ਵਿੱਚ ਇਸ ਤੋਂ ਇਲਾਵਾ ਦੀ ਉਤਲੀ ਜਾਰੇ ਯੂਜ਼ ਕਰਨਾ, ਅੱਛੇ ਸਿਵਾ ਮਿਹਨਤੇ, ਆਪਣੇ ਅੱਛੇ ਸਿਵਾ ਮਿਹਨਤੇ ਜ਼ਿਆਦਾ ਜ਼ੋਰ ਜ਼ਿਆਦਾ ਜਾਣੀ ਕਿ ਫਰੇਨ ਹੀ ਹੁੰਦਾ ਬ੍ਰੇਕਾਂ, ਫਿਰ ਐਵਿਤਾਰੇ ਦੀ ਸੂਰਿਸਕਲਦਾਰਲੀ, ਫਿਰ ਐਵਿਤਾਰੇ ਜਾਣੀ ਅਵੋਇਡ ਕਰਨ ਲਈ ਸੂਰਿਸਕਲਦਾਰਲੀ ਦਾ ਮਤਲਬ ਹੁੰਦਾ ਆ ਵੀ ਗਰਮ ਹੋਣਾ, ਸਾਨੂੰ ਲੋੜ ਆ ਅਵੋਇਡ ਕਰਨ ਦੀ ਵੀ ਬਚਣ ਦੀ, ਇਨਵੇਸ਼ੇ ਦੀ ਉਤਲੀ ਜ਼ਾਰੇ ਜ਼ਿਆਦਾ ਬ੍ਰੇਕ ਲਾਉਣ ਤੋਂ, ਜ਼ਿਆਦਾ ਜ਼ੋਰ ਨਾਲ ਬ੍ਰੇਕ ਲਾਉਣ ਤੋਂ ਸਾਨੂੰ ਬਚਣਾ ਚਾਹੀਦਾ ਆ, ਅਤੇ ਕਿਉਂਕਿ ਬ੍ਰੇਕਾਂ ਗਰਮ ਹੋ ਸਕਦੀਆਂ, ਠੀਕ ਹੈ ਜੀ, ਜੇ ਜਦੋਂ ਬ੍ਰੇਕਾਂ ਗਰਮ ਹੋਏ ਨਹੀਂ ਤਾਂ ਲੱਗਦੀਆਂ ਨਹੀਂ ਉਹ ਫੇ, ਤਾਂ ਇਸ ਲਾਈਨ ਦਾ ਇਹ ਮਤਲਬ ਹੈ, ਠੀਕ ਹੈ, ਜਿਹਨੂੰ ਯਾਦ ਰੱਖਿਓ ਲਾਈਨ ਨੂੰ, ਇਸ ਲਾਈਨ ਨੂੰ ਮੋੜ ਤੇੜ ਕੇ ਉਹ ਪਾ ਸਕਦੇ ਆ। ਐਫਾਲਸੋ ਅਫਿਰਮਾਰੇ, ਐਫਾਲਸੋ ਗਲਤ ਆ, ਅਫਿਰਮਾਰੇ ਰੁਕਣਾ, ਕੇਲ ਤਰਾਤੋ ਦੀ ਸਰਾਦਾ ਅਤੇ ਜਿੱਦਾਂ ਦਾ ਰੋਡ ਆ, ਦੇਬਾ ਐਸਰੇ ਪੈਰਕੋਰਸੋ, ਜਿਹੜਾ ਦੇਬਾ ਐਸਰੇ ਆ ਪੈਰਕੋਰਸੋ ਦਾ ਮਤਲਬ ਹੁੰਦਾ ਆ ਚੱਲਣ ਦੇ ਨਾਲ ਨਾਲ, ਕੁੰਨ ਇਲ ਪੈਦਾਲੇ ਦੈਲਾ ਫਰਿਸਿਓਨੇ, ਇਹ ਕੁੰਨ ਇਲ ਹੁੰਦਾ ਆ ਨਾਲ, ਪੈਦਾਲੇ ਹੁੰਦਾ ਪੈਡਲ, ਜਿਹੜਾ ਆਪਣੇ ਪੈਡਲ ਹੁੰਦਾ ਕੋਈ ਵੀ ਬ੍ਰੇਕ ਰੇਸ, ਦਿਲਾ ਫਰਿਸਿਓਨੇ, ਫਰਿਸਿਓਨੇ ਹੁੰਦਾ ਕਲੱਚ ਵਾਲਾ, ਠੀਕ ਹੈ ਜੀ, ਕਲੱਚ ਵਾਲਾ ਪੈਡਲ ਦੱਬ ਕੇ ਚੱਲਣਾ ਜਿਹੜਾ ਆ ਉਹ ਗਲਤ ਆ। ਅਬਸਾਦ ਹੁੰਦਾ ਨੀਵਾਂ, ਕਿ ਨੌਨਸੀਆ ਕੌਨਸੈਂਤੀਦੋ, ਕਿ ਜਿਹਦਾ ਜਿਹਦੀ ਮਨਾਹੀ ਆ, ਕਿ ਨੌਨਸੀਆ ਦਾ ਮਤਲਬ ਹੁੰਦਾ ਆ ਨਹੀਂ ਕਰ ਸਕਦੇ, ਕੌਨਸੈਂਤੀਦੋ ਮਨਾਹੀ ਆ, ਠੀਕ ਹੈ ਜੀ, ਕੌਨਸੈਂਤੀਦੋ ਹੁੰਦਾ ਆ ਮਨਜ਼ੂਰੀ, ਜਿਹਦੀ ਮਨਜ਼ੂਰੀ ਨਹੀਂ ਹੈਗੀ। ਸੁਪੇਰਾਰੇ ਵੱਧ ਜਾਣਾ, ਸੁਪਰਾਰੇ ਹੁੰਦਾ ਆ ਵਧਣਾ ਵਧਾਉਣਾ, ਈ ਜਿਸ਼ੀ ਕਿਲੋਮੀਟਰੀ ਔਰ ਆਦੀ ਵਿਲੋਸ਼ੀ ਦਾ, 10 ਕਿਲੋਮੀਟਰ ਦੀ ਸਪੀਡ ਤੋਂ ਹੀ ਅਸੀਂ ਜਿਹੜੀ ਨੀਵੀਂ ਜਗ੍ਹਾ ਤੋਂ ਲੰਘ ਸਕਦੇ ਹਾਂ, ਠੀਕ ਹੈ ਜੀ, 10 ਕਿਲੋਮੀਟਰ ਦੀ ਸਪੀਡ ਤੋਂ ਵਧਾ ਕੇ ਅਸੀਂ ਨਹੀਂ ਚਲਾ ਸਕਦੇ, ਬਾਕੀ ਉਹ ਡਿਪੈਂਡ ਕਰਦਾ ਆ ਉਸ ਰੋਡ ਦੀ ਕਿੰਨੀ ਵਿਲੋਸ਼ੀਤਾ ਹੈ, ਕਿੰਨੀ ਉਹਦੀ ਸਪੀਡ ਹੈ, ਠੀਕ ਹੈ ਜੀ। ਇਹਦਾ ਪੂਰੀ ਲਾਈਨ ਦਾ ਮਤਲਬ ਹੋ ਗਿਆ ਐਫ ਫਾਲਸੋ ਫਿਰ ਮਾਰੇ ਕੇ ਤਰਾਤੋ ਇਸ ਤਰ੍ਹਾਂ ਦਾ, ਇਹ ਗਲਤ ਆ ਰੋਡ ਦੇ ਉੱਪਰ ਚੱਲਦੇ ਸਮੇਂ, ਦੇਬਾ ਹੈ ਸਿਰੇ ਪਿਰ ਕੋਰਸੋ, ਜਿਹਦੇ ਨਾਲ ਚੱਲਦੇ ਸਮੇਂ ਕੋਨਿਲ ਪੈਦਾਲ ਹੈ, ਇਹ ਪੈਦਾਲੇ ਦੇ ਆਪਣੇ ਪੈਡਲ ਦੇ ਉੱਪਰ ਪੈਰ ਰੱਖ ਕੇ, ਕਿਹਦੇ ਕਿਹੜੇ ਪੈਡਲ ਦੇ ਉੱਪਰ, ਫਰਿਸਿਓਨੇ, ਫਰਿਸਿਓਨੇ ਹੁੰਦਾ ਕਲੱਚ। ਅਬਸਾਦੋ ਨੀਵਾਂ, ਯਾਨੀ ਕਿ ਅਬਸਾਦੋ ਹੁੰਦਾ ਨੀਵਾਂ, ਠੀਕ ਹੈ ਜੀ, ਯਾਨੀ ਕਿ ਦੱਬ ਕੇ, ਅਬਸਾਦੋ ਦਾ ਮਤਲਬ ਹੁੰਦਾ ਨੀਵਾਂ ਜਾਂ ਦੱਬ ਕੇ, ਇਹਨੂੰ ਲਿਖ ਲਿਓ, ਠੀਕ ਹੈ ਜੀ। ਓਕੇ ਨੌਨਸੀਆ ਕੌਨਸੈਂਤੀਦੋ, ਓਕੇ ਜਿਹਦਾ ਕਿ ਨੌਨਸੀਆ ਨਹੀਂ, ਸੀਆ ਹੁੰਦਾ ਆ ਜਿਹਦਾ ਕਿ, ਕੌਨਸੈਂਤੀਦੋ ਹੁੰਦਾ ਆ ਮਨਜ਼ੂਰੀ, ਮਨਜ਼ੂਰੀ ਨਹੀਂ ਹੈਗੀ। ਸੁਪੇਰਾਰੇ ਹੁੰਦਾ ਵਧਾਉਣਾ, ਇਹ 20 ਕਿਲੋਮੀਟਰੀ ਔਰ ਆ, ਯਾਨੀ ਕਿ 10 ਕਿਲੋਮੀਟਰ ਦੀ ਸਪੀਡ ਤੋਂ ਉੱਪਰ ਨਹੀਂ ਲੈ ਕੇ ਜਾਣੀ ਗੱਡੀ, ਠੀਕ ਹੈ ਜੀ। ਆਹ ਹੋ ਗਿਆ ਨਿਸ਼ਾਨ, ਹੁਣ ਥੱਲੇ ਦੇਖਦੇ ਹਾਂ ਕੁਇਜ਼ ਜਿਹੜੇ ਆ ਗਏ, ਥੋੜ੍ਹੇ ਜਿਹੇ ਕੁਇਜ਼ ਫਟਾਫਟ ਕਰ ਲੈਂਦੇ ਹਾਂ ਕੁਇਜ਼। ਹਾਂਜੀ ਉੱਥੇ ਹੀ ਆ,
Ok. 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 Ok
ਕਹਿ ਰਹੇ ਆ ਵੀ ਜਿਹੜਾ ਇਹ ਸਾਈਨ ਆ ਰਫੀਗਰਾਤੋ ਬਾਇਆ ਹੁੰਦਾ ਆ ਬੋਰਡ ਲੱਗਾ ਹੁੰਦਾ ਇਹ ਪੋਸਤੋ ਪ੍ਰੀਮਾ ਲੱਗਿਆ ਹੁੰਦਾ ਆ ਪ੍ਰੀਮਾ ਹੁੰਦਾ ਪਹਿਲਾਂ ਦੀ ਊਨਾ ਇੱਕ ਦਿਸ਼ੇਜ਼ਾ ਆਪਣੇ ਦਿਸ਼ੇਜ਼ਾ ਹੁੰਦਾ ਆ ਅਤਰਾਈ ਪੈਰੀਗਲੋਸਾ ਪੈਰੀਗਲੋਸਾ ਡੇਂਜਰਸ ਅਤਰਾਈ ਤੋਂ ਪਹਿਲਾਂ ਇਹ ਸਾਈਨ ਲੱਗਿਆ ਹੁੰਦਾ ਆ ਇਹ ਆਉਣਾ ਆ ਵੇਰੋ ਇਲਸਨੀਆ ਦਿਸ਼ੇ ਪ੍ਰੀਜ਼ੋ ਪ੍ਰੇਨੂ ਚੌਂਤਰਾ ਤੋਂ ਇਸ ਤਰ੍ਹਾਂ ਦਾ ਇਨਕੋਇਮੇਂਤਾ ਲੋਸ ਪਾਸੀਓ ਫਰੇਨਾਜ਼ੂਰ ਲਿੰਦੀਆਂ ਪੈਂਦੈਂਸਾ ਸੋ ਇਸ ਦੀ ਜਾਣੀ ਕਿ ਇਹ ਉਹ ਤੋਂ ਪਹਿਲਾਂ ਲੱਗਿਆ ਹੁੰਦਾ ਠੀਕ ਹੈ ਜੀ ਇਸ ਕਰਕੇ ਇਹ ਵੇਰੋ ਆਉਣਾ ਆ ਠੀਕ ਹੈ ਜੀ ਇਲਸਨੀਆ ਵਾਲੇ ਰਫੀਗਰਾ ਪ੍ਰੇਨੂ ਚੌਂਤਰਾ ਦਿਸ਼ੇਜ਼ ਆ ਪਰਟੀਕੁਲਰਮੈਂਤੇ ਪੈਰੀਗਲੋਸਾ ਕਹਿੰਦੇ ਇਹ ਜਿਹੜਾ ਬੋਰਡ ਆ ਪ੍ਰੈਨੂੰਚਾ ਦਰਸਾਉਂਦਾ ਆ ਉਹਨਾਂ ਦਿਸ਼ੇਜ਼ ਆ ਪਰਟੀਕੁਲਰ ਮਿਹਨਤ ਵਿਸ਼ੇਸ਼ ਤੌਰ 'ਤੇ ਵੀ ਜਿਹੜਾ ਆਪਣੇ ਪੈਰੀਗਲੋਸਾ ਆ ਵੀ ਆਪਣੇ ਡੇਂਜਰਸ ਆ ਪਰਟੀਕੁਲਰ ਮਿਹਨਤ ਹੁੰਦਾ ਵਿਸ਼ੇਸ਼ ਤੌਰ 'ਤੇ ਠੀਕ ਹੈ ਜੀ ਵੀ ਡੇਂਜਰਸ ਆ ਵੀ ਇਹ ਵੀ ਅਸੀਂ ਵੇਰੋ ਕਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਇਲਸਨੀਆ ਰਿਫਰਾ ਪ੍ਰੈਨੂੰਚਾ ਉਤਰਾ ਤੋਂ ਇਸ ਤਰ੍ਹਾਂ ਦਾ ਸੂਲ ਕੁਆਲੇ ਉਮੇਨਤਲ ਉਸ ਪਾਸੇ ਰਿਫਰਾਦੂਰਾ ਦਿਲ ਵੇਗਲੋ ਕਹਿੰਦੇ ਇਹ ਜਿਹੜਾ ਸਾਈਨ ਆ ਇਹ ਦਰਸਾਉਂਦਾ ਆ ਇੱਕ ਅੱਗੇ ਰਸਤਾ ਆਉਣੇ ਵਾਲਾ ਆ ਸੂ ਉਨ ਤਰਾਤੋ ਦੀ ਇਸ ਤਰ੍ਹਾਂ ਦਾ ਅੱਗੇ ਰਸਤਾ ਜਿਹੜਾ ਆਉਣਾ ਆ ਸੁਲ ਕੁਆਲੇ ਜਿਹਦੇ ਉੱਪਰ ਉਹ ਮਿਹਨਤਾ ਹੁੰਦਾ ਵੱਧ ਜਾਣਾ ਲੋਸ ਪਾਸਿਓ ਜਗ੍ਹਾ ਫਰੇਨਾਦੂਰਾ ਬ੍ਰੇਕ ਦਿਲ ਵਹੀਕਲੋ ਹੁੰਦਾ ਆ ਗੱਡੀ ਦੀ ਬ੍ਰੇਕ ਲਾਉਣ ਦੀ ਜਗ੍ਹਾ ਵੱਧ ਜਾਂਦੀ ਹੈ ਠੀਕ ਹੈ ਜੀ ਇਹ ਵੀ ਵੇਰੋ ਆਉਣਾ ਆ ਉਸ ਤੋਂ ਬਾਅਦ ਅਗਲਾ ਦੇਖਦੇ ਹਾਂ ਇਲਸਨੀਆ ਰਿਫਰਾ ਪ੍ਰੈਨੂੰਚਾ ਉਨਾ ਦਿਸ਼ੇਜ਼ਾ ਹੈ ਇਹਨੇ ਸਪੈਸੀਫਿਕਾ ਲਾ ਪੈਂਦੈਂਸਾ ਜਿਹੜਾ ਇਹ ਸਾਈਨ ਆ ਕਹਿੰਦੇ ਰਿਫਰਾ ਪ੍ਰੈਨੂੰਚਾ ਦਰਸਾਉਂਦਾ ਆ ਉਹਨਾਂ ਦਿਸ਼ੇਜ਼ਾ ਇਹਨੇ ਸਪੈਸੀਕਾ ਲਾ ਪੈਂਦੈਂਸਾ ਜਾਣੀ ਕਿ ਪੈਂਦੈਂਸਾ ਦਸ ਦਰਸਾਉਂਦਾ ਆ ਦਿਸ਼ੇਜ਼ਾ ਇਹਨੇ ਸਪੈਸੀਫਿਕਾ ਠੀਕ ਆ ਇਹ ਆਉਣਾ ਆ ਵੇਰੋ ਠੀਕ ਹੈ ਜੀ ਇਸ ਤੋਂ ਬਾਅਦ ਇਲਸਨੀਆ ਰਿਫਰਾ ਕੰਪੋਰਤਾ ਦੀ ਮੋਦੇਰਾ ਜਾਂ ਵਿਲੋਸ਼ੀਤਾ ਇਹ ਜਿਹੜਾ ਸਾਈਨ ਆ ਬਾਇਆ ਹੋਇਆ ਕੰਪੋਰਤਾ ਹੁੰਦਾ ਆ ਦਰਸਾਉਂਦਾ ਆ ਦੀ ਮੋਦੇਰਾਰੇ ਹੁੰਦਾ ਆ ਮੋਡੀਫਾਈ ਕਰਨਾ ਘਟਾਉਣਾ ਕੀ ਘਟਾਉਣਾ ਸਪੀਡ ਨੂੰ ਠੀਕ ਹੈ ਜੀ ਇਹ ਘਟਾਉਣ ਸਪੀਡ ਘਟਾਉਣ ਨੂੰ ਵੀ ਕਹਿੰਦਾ ਆ ਇਲਸਨੀਆ ਵਾਲੇ ਰਫੀਰਾ ਰਿਕੀਏ ਦੇ ਦੀ ਇਨਸਰੀ ਨੂੰ ਮਾਰਸ਼ਾ ਦੇ ਗੋਇਨ ਅਤੇ ਬੱਸ ਆ ਇਹ ਜਿਹੜਾ ਸਾਈਨ ਆ ਇਹ ਰਿਕੀਏ ਦੇ ਹੁੰਦਾ ਕਹਿੰਦਾ ਆ ਦੀ ਇਨਸਰੀ ਹੁੰਦਾ ਆ ਪਾਉਣਾ ਊਨਾ ਮਾਰਸ਼ਾ ਇੱਕ ਗੇਅਰ ਮਾਰਸ਼ਾ ਹੁੰਦਾ ਆ ਗੇਅਰ ਅਧਿਗੁਆਤਾਮੈਂਤੇ ਹੁੰਦਾ ਆ ਉਹਦੇ ਲਈ ਬਣਿਆ ਹੋਇਆ ਬਾਸਾ ਹੁੰਦਾ ਨੀਵਾਂ ਗੇਅਰ ਪਾਉਣਾ ਇਹ ਵੀ ਹੋਣਾ ਵੇਰੋ ਅਸੀਂ ਦਸ ਕੁ ਕਰਨੇ ਜ਼ਿਆਦਾ ਨਹੀਂ ਕਰਨੇ ਠੀਕ ਹੈ ਜੀ ਇਲਸਨੀਆ ਵਾਲੇ ਰਫੀਗਰਾ ਤੋਂ ਪ੍ਰੈਨੂੰਚਾ ਉਹਨਾਂ ਸਲੀਤਾ ਦਾ ਪਿਰਖੋਰੇਰੇ ਕੁਨ ਮਾਰਸ਼ਾ ਦੇ ਕਹਿੰਦੇ ਬਾਸਾ ਕਹਿੰਦੇ ਇਹ ਜਿਹੜਾ ਸਾਈਨ ਆ ਇਹ ਰਫੀਗਰਾ ਤੋਂ ਪ੍ਰੈਨੂੰਚਾ ਦਰਸਾਉਂਦਾ ਆ ਉਹਨਾਂ ਸਲੀਤਾ ਕੀ ਹੁੰਦਾ ਆ ਚੜ੍ਹਾਈ ਇਹ ਚੜ੍ਹਾਈ ਨਹੀਂ ਦਰਸਾਉਂਦਾ ਇਸ ਕਰਕੇ ਇਹ ਗਲਤ ਆ ਪਹਿਲਾਂ ਹੀ ਫਾਲਸੋ ਕਰਦੇ ਚੜ੍ਹਾਈ ਦੀ ਗੱਲ ਹੋਈ ਫਾਲਸੋ ਕਰਦੇ ਉਹਨੂੰ ਇਲਸਨੀਆ ਵਾਲੇ ਰਫੀਗਰਾ ਪ੍ਰੈਨੂੰਚਾ ਉਨ ਤਰਾਤੋ ਦੀ ਸਤਾ ਪੈਰੀਗਲੋਸ ਪੈਰਿਲ ਫੋਂਦੋ ਦਿਸੇ ਸਤਾ ਤੋਂ ਇਲਸਨੀਆ ਵਾਲੇ ਰਫੀਗਰਾ ਪ੍ਰੈਨੂੰਚਾ ਦਰਸਾਉਂਦਾ ਆ ਉਨ ਤਰਾਤੋ ਦੀ ਸਤਰਾ ਦਾ ਇੱਕ ਤਰ੍ਹਾਂ ਦਾ ਰੋਡ ਉਨ ਤਰਾਤੋ ਦੀ ਸਤਰਾ ਦਾ ਹੁੰਦਾ ਇੱਕ ਤਰ੍ਹਾਂ ਦਾ ਰੋਡ ਪੈਰੀਕਲੋਸੋ ਡੇਂਜਰਸ ਹਾਂਜੀ ਇੱਥੇ ਤੱਕ ਤਾਂ ਸਹੀ ਆ ਪੈਰ ਇਲ ਜਿਹਦੇ ਲਈ ਫੋਂਦੋ ਹੁੰਦਾ ਨੀ ਜਾਣੀ ਕਿ ਲਾਸਟ ਵਿੱਚ ਦਿਸੇ ਸਤਾ ਤੋਂ ਵੀ ਲਾਸਟ ਵਿੱਚ ਜਾ ਕੇ ਖੜਬੜਾ ਆ ਖੜਬੜਾ ਨਹੀਂ ਹੈਗਾ ਇਸ ਕਰਕੇ ਗਲਤ ਆ ਇਲਸਨੀਆ ਵਾਲੇ ਰਫੀਗਰਾ ਸਪੈਸੀਫਿਕ ਪੈਂਦੈਂਸਾ ਦੀ ਉਹਨਾਂ ਸਲੀਦਾ ਕਹਿੰਦੇ ਇਹ ਜਿਹੜਾ ਸਾਈਨ ਆ ਇਲਸਨੀਆ ਵਾਲੇ ਹੁੰਦਾ ਸਾਈਨ ਰਫੀਗਰਾ ਤੋਂ ਹੁੰਦਾ ਦਰਸਾਇਆ ਆ ਸਪੈਸੀਫਿਕਾ ਦਰਸਾਉਂਦਾ ਆ ਜਾਣੀ ਕਿ ਰਫੀਗਰਾ ਤੋਂ ਹੁੰਦਾ ਬਾਇਆ ਸਪੈਸੀਫਿਕਾ ਹੁੰਦਾ ਆ ਦਰਸਾਉਂਦਾ ਲਾ ਪੈਂਦੈਂਸਾ ਪੈਂਦੈਂਸਾ ਹੁੰਦਾ ਆ ਨੀਵੀਂ ਜਗ੍ਹਾ ਦੀ ਉਹਨਾਂ ਸਲੀਦਾ ਨੀਵੀਂ ਜਗ੍ਹਾ ਚੜ੍ਹਾਈ ਦੀ ਨੀਵੀਂ ਜਗ੍ਹਾ ਨੂੰ ਦਰਸਾਉਂਦਾ ਨਹੀਂ ਜੀ ਇਹ ਜਿਹੜੀ ਇਕੱਠੀ ਚੜ੍ਹਾਈ ਹੀ ਆਉਂਦੀ ਆ ਆਪਣੀ ਸੋਰੀ ਅਤਰਾਈ ਆਉਂਦੀ ਆ ਇਹ ਚੜ੍ਹਾਈ ਦੀ ਗੱਲ ਕਰ ਰਹੇ ਆ ਇਸ ਕਰਕੇ ਫਾਲਸੋ ਹੋਣਾ ਦਸਵਾਂ ਕਰਕੇ ਅਸੀਂ ਕੰਪਲੀਟ ਕਰ ਦੇਣੀ ਵੀਡੀਓ ਠੀਕ ਹੈ ਜੀ ਉਸ ਤੋਂ ਬਾਅਦ ਇਲਸਨੀਆ ਵਾਲੇ ਰਫੀਗਰਾ ਤੋਂ ਇਹ ਜਿਹੜਾ ਸਾਈਨ ਬਾਇਆ ਆ ਪ੍ਰੈਨੂੰਚਾ ਦਰਸਾਉਂਦਾ ਆ ਉਨ ਤਰਾਤੋ ਦੀ ਸਤਰਾ ਦਾ ਇੱਕ ਤਰ੍ਹਾਂ ਦਾ ਰੋਡ ਕੇ ਐ ਬੈਨੇ ਜਿਹਦੇ ਲਈ ਸਹੀ ਆ ਫਿਰ ਕੋਰੇਰੇ ਚੱਲਣਾ ਕੁਨ ਇਲ ਪੈਦਾਲੇ ਪੈਡਲ ਦੇ ਨਾਲ ਦਿਲ ਅਫਰੇਸੀਓਨੇ ਕਲੱਚ ਦਾ ਪੈਡਲ ਅਬੱਸਾ ਤੋਂ ਨੀਵਾਂ ਕਰਕੇ ਉਹ ਕਹਿੰਦੇ ਇਹ ਜਿਹੜਾ ਸਾਈਨ ਆ ਦਰਸਾਉਂਦਾ ਆ ਕਿ ਅਸੀਂ ਕਲੱਚ ਦਾ ਪੈਡਲ ਨੀਵਾਂ ਕਰਕੇ ਚਲਾ ਸਕਦੇ ਹਾਂ ਕਲੱਚ ਦਾ ਪੈਡਲ ਨੂੰ ਛੇੜਨਾ ਵੀ ਨਹੀਂ ਹੈਗਾ ਠੀਕ ਹੈ ਜੀ ਉਹ ਸਿਰਫ ਗੇਅਰ ਚੇਂਜ ਕਰਨ ਲਈ ਤੁਸੀਂ ਛੇੜਨਾ ਇਸ ਕਰਕੇ ਇਸਨੂੰ ਫਾਲਸੋ ਕਰਨਾ ਹੁਣ ਦੇਖਦੇ ਹਾਂ ਕਿੰਨੇ ਗਲਤ ਅਤੇ ਕਿੰਨੇ ਸਹੀ ਸ਼ਰਤ ਦੀ ਬੋਲੇ ਕਰੋ ਜਿਹੜਾ ਕਿਹੜਾ ਸੀ ਲਓ ਜੀ ਸਾਰੇ ਦੇ ਸਾਰੇ ਸਹੀ ਆਏ ਆ ਠੀਕ ਹੈ ਜੀ ਆਹ ਉੱਪਰ ਵੀਡੀਓ ਚੱਲ ਪਈ ਹੈ ਇੱਕ
ਚਲੋ ਇਹਨੂੰ ਉੱਪਰ ਕਰ ਲੈਂਦੇ ਹਾਂ। ਆ ਲਓ ਜੀ ਪਹਿਲਾ ਵੀ ਸਹੀ, ਦੂਜੇ ਵੀ ਸਹੀ, ਸਾਰੇ 10 ਦੇ 10 ਸਹੀ ਆ। ਇਸ ਕਰਕੇ ਜਿੱਦਾਂ ਮੈਂ ਤੁਹਾਨੂੰ ਸਮਝਾਇਆ ਉੱਦਾਂ ਹੀ ਤੁਸੀਂ ਕਰਨਾ ਆ, ਠੀਕ ਹੈ ਜੀ। ਅਤੇ ਵੀਡੀਓ ਇੱਥੇ ਹੀ ਕਰਦੇ ਹਾਂ ਸਮਾਪਤ। ਕੱਲ੍ਹ ਇੱਕ ਵੀਡੀਓ ਹੋਰ ਆਊਗੀ ਜਿਹਦੇ ਵਿੱਚ ਮੈਂ ਬਾਕੀ ਦੇ ਤੁਹਾਨੂੰ ਲੈਸਨ ਕਰਵਾਊਂਗਾ, ਠੀਕ ਹੈ ਜੀ। ਅਤੇ ਇਵੇਂ ਵੀਡੀਓ ਹੋ ਗਈ ਕੰਪਲੀਟ। ਓਕੇ ਜੀ, ਸਤਿ ਸ਼੍ਰੀ ਅਕਾਲ।